ਸਸਤਾ ਤੁਸੀਂ ਜੇ ਦੁਬਈ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਤੁਹਾਨੂੰ ਝਲਕ ਦਿਖਾਉਣ ਵਾਸਤੇ ਇੱਦਾਂ ਦਾ ਕੁਛ ਸ਼ੁਰੂ ਕੀਤਾ ਇਹਨਾਂ ਨੇ ਜੀ, ਇਹ ਰੇਤੇ ਟਿੱਬਿਆਂ ਦੀ ਸਵਾਰੀ ਵਾਸਤੇ ਅਤੇ ਜਾਂ ਅੰਗਰੇਜ਼ ਭਜਾਈ ਫਿਰਦੇ ਹੁੰਦੇ ਆ ਇਹ ਚੀਜ਼ ਹੈ ਜੀ। ਦਾਰੂ ਵੀ ਰੱਖਿਆ ਹੋਇਆ, ਛੋਟਾ ਜਿਹਾ ਬੱਚਾ ਉੱਠਦਾ, ਇਹਨੂੰ ਖੜ੍ਹਾ ਕਰਦੇ ਹਾਂ ਆਪਾਂ, ਲਾ ਵੀ ਜਵਾਨਾ ਖੜ੍ਹਾ ਹੋ ਗਿਆ, ਚਲੋ ਉਹ ਖੜ੍ਹਾ, ਛੋਟਾ ਜਿਹਾ ਬੱਚਾ ਹੈ। ਦੁਬਈ ਵਾਲੇ ਸ਼ੇਖ ਪੂਰੀਆਂ ਕਰਦੇ ਆ ਉਹਦੀਆਂ ਐਡਵੈਂਚਰ ਦੇ ਸਿਸਟਮ, ਅਤੇ ਇਹ ਥੋੜ੍ਹੀ ਜਿਹੀ ਫੀਲਿੰਗ ਤੁਸੀਂ ਲੈ ਸਕਦੇ ਹੋ। ਇਹਨਾਂ ਦਾ ਕਿਰਾਇਆ 100-200 ਰੁਪਇਆ ਹੁੰਦਾ ਜੀ। ਇਹਨਾਂ ਜਗ੍ਹਾ 'ਚ ਜਿਹੜੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ, ਡਾਕੂਆਂ ਡੂਕੂਆਂ ਵਾਲੇ ਸੀਨ ਪਲੇ ਕਰਨੇ ਹੁੰਦੇ ਆ, ਤਾਂ ਇਹਨਾਂ ਇਲਾਕਿਆਂ 'ਚ ਹੀ ਕੀਤੇ ਜਾਂਦੇ ਆ ਜੀ। ਜ਼ਿਆਦਾਤਰ ਡਾਕੂਆਂ ਨੂੰ ਫਿਰ ਇਹ ਜੰਗਲਾਂ ਦੇ ਵਿੱਚ ਲੁਕਿਆ ਦਿਖਾਇਆ ਜਾਣਾ। ਪੁਰਾਣੀ ਸ਼ਾਹੀ ਬਾਬੜੀ ਕਿਹਾ ਜਾਂਦਾ ਜੀ। ਸ਼ਾਹੀ ਬਾਬੜੀ ਤੋਂ ਭਾਵ ਜਿਹੜਾ ਇਹ ਹੈ ਜੀ, ਪੁਰਾਣੀਆਂ ਬਾਬੜੀਆਂ ਰਾਜਸਥਾਨ ਦੀਆਂ, ਅਤੇ ਤਕਰੀਬਨ ਹੁਣ ਅਲੋਪ ਹੋ ਚੁੱਕਿਆ ਵਾਲਾ ਸਿਸਟਮ ਹੈ ਜੀ। ਵੈਸੇ ਸੰਭਾਲਿਆ ਪਿਆ ਇਸ ਝੰਡੇ ਨੂੰ ਭੱਜ ਕੇ ਲਗਾਤਾਰ 300 ਕਿਲੋਮੀਟਰ ਤੱਕ ਇਸੇ ਤਰੀਕੇ ਤਰ੍ਹਾਂ ਲੈ ਕੇ ਜਾਣਾ ਹੈ, ਅਤੇ ਦੇਖੋ ਅਸੀਂ ਕਿੱਦਾਂ ਭੱਜ ਕੇ ਜਾਂਦੇ ਹਨ। ਸਫ਼ਰ ਦੇ 7ਵੇਂ ਦਿਨ ਦੀ ਸ਼ੁਰੂਆਤ ਹੈ ਜੀ, ਅਤੇ ਸਮਾਂ ਹੋ ਚੁੱਕਾ ਜੀ 7:15, 5 ਵਜੇ ਉੱਠੇ ਸੀਗੇ ਜੀ, ਇਸ਼ਨਾਨ ਪਾਣੀ ਹੋਇਆ ਜੀ, ਅਤੇ ਤਿਆਰੀਆਂ ਹੋਈਆਂ, ਅਤੇ ਬਾਬਾ ਜੀ ਤੁਰਨ ਲੱਗੇ ਤਾਂ ਬਾਬਾ ਜੀ ਕਹਿੰਦੇ ਪ੍ਰਸ਼ਾਦੇ ਛੱਕ ਕੇ ਜਾਣੇ ਆ ਜੀ, ਅਤੇ ਹੁਣ ਪ੍ਰਸ਼ਾਦੇ ਵਗੈਰਾ ਛੱਕ ਚੁੱਕੇ ਹਾਂ ਜੀ। ਅਤੇ ਇਸ ਸਥਾਨ ਤੋਂ ਹੁਣ ਆਪਾਂ ਚੱਲ ਕੇ ਜਿਹੜਾ ਜਾਣਾ ਜੀ ਨਰੈਣਾ ਦੇ ਵੱਲ ਚੱਲਣਾ ਹੈ ਜੀ। ਅਤੇ ਇਹ ਗੁਰਦੁਆਰਾ ਸਾਹਿਬ ਚੂਰੂ ਦਾ ਹੈ ਜੀ, ਰਾਜਸਥਾਨ ਦੇ ਵਿੱਚ ਚੂਰੂ ਸ਼ਹਿਰ ਹੈ ਜੀ, ਉਸ ਜਗ੍ਹਾ ਦੇ ਉੱਪਰ ਇਹ ਗੁਰੂ ਸਾਹਿਬ ਦਾ ਸਥਾਨ ਬਣਿਆ ਹੋਇਆ ਜੀ। ਅੱਗੇ ਹੁਣ ਆਪਾਂ ਚਾਲਾ ਪਾਵਾਂਗੇ, ਅਤੇ ਜਿਹੜਾ ਨਰੈਣਾ ਹੈਗਾ ਇੱਥੋਂ 200 ਕਿਲੋਮੀਟਰ ਹੈ, ਅਤੇ ਜਿੱਥੋਂ ਤੱਕ ਪਹੁੰਚਿਆ ਗਿਆ ਮਹਾਰਾਜ ਕਿਰਪਾ ਕਰਨ ਆਪਾਂ ਪਹੁੰਚਾਂਗੇ ਜੀ। ਇਹ ਜਿਹੜਾ ਸੀਕਰ ਵਾਲੀ ਸਾਈਡ ਹੋ ਕੇ ਆਪਾਂ ਜਾਣਾ ਜੀ, ਰਸਤੇ ਦੇ ਵਿੱਚ ਗੱਲਾਂ ਬਾਤਾਂ ਜੋ ਵੀ ਦੇਖਣ ਵਾਲੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ, ਜੁੜੇ ਰਹਿਣਾ ਵੀਡੀਓ ਦੇ ਨਾਲ। ਉਹ ਸਾਹਮਣੇ ਗੁਰਦੁਆਰਾ ਰਹਿ ਗਿਆ ਪਿੱਛੇ, ਅਤੇ ਬਿਲਕੁਲ ਸਾਹਮਣੇ ਆ ਕੇ ਜਿੱਧਰ ਸਾਹਮਣੇ ਹਸਪਤਾਲ ਵਗੈਰਾ, ਹਸਪਤਾਲਾਂ ਦੀ ਮਾਰਕੀਟ ਬਹੁਤ ਜ਼ਿਆਦਾ ਜੀ ਇਸ ਜਗ੍ਹਾ 'ਤੇ ਚੂਰੂ ਦੇ ਵਿੱਚ। ਅਤੇ ਇੱਥੋਂ ਆਪਾਂ ਹੁਣ ਨਰੈਣੇ ਨੂੰ ਚੱਲੇ ਜੀ ਤਕਰੀਬਨ, ਬਾਬਾ ਜੀ ਨਾਲ ਪਿਆਰ ਬਹੁਤ ਸੀਗਾ ਜੀ, ਗੱਲਾਂ ਬਾਤਾਂ ਤਕਰੀਬਨ 1.5 ਘੰਟਾ ਗੱਲਾਂ ਬਾਤਾਂ ਹੋਰ ਲਾਈਆਂ, ਤਕਰੀਬਨ 7:30-8 ਦੇ ਕਰੀਬ ਸਮਾਂ ਹੋ ਚੁੱਕਿਆ ਜੀ। ਅਤੇ ਇੱਥੋਂ ਚੱਲਦੇ ਜੀ ਆਪਾਂ ਹੁਣ, ਰਸਤੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ, ਜੁੜੇ ਰਹਿਣਾ। ਜਿਹੜਾ ਨਰੈਣਾ ਹੈਗਾ ਜੀ 218 ਕਿਲੋਮੀਟਰ ਹੈ ਜੀ, ਚੱਲਦੇ ਜੀ ਆਪਾਂ ਅੱਗੇ। ਇਸ ਰੋਡ ਤੋਂ ਆਪਾਂ ਜੀ ਆਏ ਹਾਂ ਹੁਣ ਚੂਰੂ ਤੋਂ 10 ਕਿਲੋਮੀਟਰ, ਅਤੇ ਨੈਸ਼ਨਲ ਹਾਈਵੇ 52 ਨੰਬਰ 'ਤੇ ਆਪਾਂ ਚੜ੍ਹ ਗਏ ਜਾ ਕੇ। ਇਹ ਜੈਪੁਰ ਵਾਲਾ ਰੋਡ ਹੈ ਜੀ, ਇਹ ਫਤਿਹਪੁਰ ਸਿਕਰੀ ਵਾਲਾ, ਇਹਨੂੰ ਚੱਲਾਂਗੇ ਆਪਾਂ। ਇਹਦੇ ਉੱਤੇ ਅੱਗੇ ਜਾ ਕੇ ਸਿਕਰ ਆਉਣਾ ਜੀ, ਅਤੇ ਇਹ ਪਿਛਲਾ ਹਿਸਾਰ ਕੰਨੀ ਆਉਂਦਾ ਜਿਹੜਾ ਰੋਡ, ਜੈਪੁਰ ਹਿਸਾਰ ਵਾਲਾ ਉਹ ਰੋਡ ਹੈ ਜੀ। ਇਸ ਦੇ ਉੱਤੇ ਆਪਾਂ ਚੱਲਾਂਗੇ ਸਿਕਰ, ਸਿਕਰ ਤੋਂ ਅੱਗੇ ਜਾ ਕੇ ਜਿਹੜਾ ਰੂਟ ਆਪਣਾ ਨਰੈਣੇ ਵੱਲ ਜਾਣਾ ਜੀ। ਅਤੇ ਆਹ 10 ਕਿਲੋਮੀਟਰ ਦਾ ਸਫ਼ਰ ਸੀਗਾ, ਚੜ੍ਹਾਈਆਂ ਚੜ੍ਹਾਈਆਂ ਬਹੁਤ ਸੀਗੀਆਂ, ਟਿੱਬਿਆਂ ਟੁੱਬਿਆਂ ਦੀਆਂ ਵੀ ਬਹੁਤ ਚੜ੍ਹਾਈਆਂ ਸੀਗੀਆਂ ਜੀ। ਅਤੇ ਬਹੁਤ ਹੀ ਵਿਅਸਤ ਹਾਈਵੇ ਇਹ, 52 ਨੰਬਰ ਬਹੁਤ ਮੇਨ ਲਾਈਨ ਮੰਨੀ ਜਾਂਦੀ ਜੀ ਇਸਦੀ। ਅਤੇ ਚੱਲਦੇ ਹਾਂ ਅੱਗੇ ਨੂੰ ਹੁਣ ਜੀ। ਸਸਤਾ ਤੁਸੀਂ ਜੇ ਦੁਬਈ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਤੁਹਾਨੂੰ ਝਲਕ ਦਿਖਾਉਣ ਵਾਸਤੇ ਇੱਦਾਂ ਦਾ ਕੁਛ ਸ਼ੁਰੂ ਕੀਤਾ ਇਹਨਾਂ ਨੇ ਜੀ। ਇਹ ਆਪਾਂ ਰਾਮਗੜ੍ਹ ਦੇ ਨੇੜੇ ਖੜ੍ਹੇ, ਜਿਹੜਾ ਪਿਛਲਾ ਸਹਾਰਾ ਵਾਲਾ ਰੋਡ ਹੈ, ਸਾਲਾਸਰ ਨੂੰ ਜਾਂਦਾ ਜੀ। ਅਤੇ ਉੱਠ ਦੀ ਸਵਾਰੀ
ਤੇ ਦੋ ਤਿੰਨ ਚੀਜ਼ਾਂ ਇਹਨਾਂ ਨੇ ਰੋਡ ਦੇ ਉੱਤੇ ਲਾਈਆਂ ਜੀ, ਜਿਵੇਂ ਐਡਵੈਂਚਰ ਵਾਸਤੇ, ਜਿਵੇਂ ਕੋਈ ਲੰਘਦਾ ਟੱਪਦਾ ਜਿਹੜੇ ਸਾਲਾਸਰ ਤੋਂ ਆਉਂਦੇ ਆ ਉਹਨਾਂ ਲਈ ਖਾਸ ਕਰਕੇ ਆ। ਸਾਲਾਸਰ ਤੋਂ ਥੋੜ੍ਹਾ ਜਿਹਾ ਜਦੋਂ ਉਰਾਂ ਆਵਾਂਗੇ ਤੇ ਸੈਲਫੀ ਰਿਜ਼ਲਟ ਹੋਟਲ ਆ ਜੀ, ਤੇ ਇਹਨਾਂ ਨੇ ਆਹ ਜੁਗਾੜ ਜਿਹਾ ਵੀ ਹੈ ਜਿਹੜਾ ਤੁਸੀਂ ਫਿਲਮਾਂ 'ਚ ਅਕਸਰ ਦੇਖਿਆ ਹੋਣਾ ਹੈ, ਅਤੇ ਜਿਵੇਂ ਸਮੁੰਦਰਾਂ ਦੇ ਕਿਨਾਰਿਆਂ 'ਤੇ ਭਜਾਈ ਫਿਰਦੇ ਹੁੰਦੇ ਆ, ਅਤੇ ਜਾਂ ਗੁੰਡੇ ਵਗੈਰਾ ਤੁਸੀਂ ਜਦੋਂ ਕੋਈ ਫਿਰ ਦੇਖੇ ਹੋਣਗੇ ਕੀ ਹਿਸਾਬ, ਮਤਲਬ ਕਿ ਰੇਤੇ ਟਿੱਬਿਆਂ ਦੀ ਸਵਾਰੀ ਵਾਸਤੇ, ਅਤੇ ਜਾਂ ਅੰਗਰੇਜ਼ ਭਜਾਈ ਫਿਰਦੇ ਹੁੰਦੇ ਆ, ਇਹ ਚੀਜ਼ ਹੈ ਜੀ। ਅਤੇ ਅੱਗੇ ਜਿਹੜਾ ਥੋੜ੍ਹਾ ਜਿਹਾ ਇਹਨਾਂ ਨੇ ਬੰਚਿੰਗ ਦਾ ਸਿਸਟਮ, ਜਿਵੇਂ ਆਹ ਸਫਾਰੀ ਸਾਹਿਬ ਜੀਪ ਬਣਾਈ ਹੋਈ, ਜਿਵੇਂ ਇਹਦੇ 'ਚ ਚੜ੍ਹਦੀ ਕਿੱਥੇ ਹੈ ਉਹਦੇ ਬਾਰੇ ਦਿਖਾਵਾਂਗੇ। ਇਸ ਸਾਹਮਣੇ ਦੇਖ ਸਕਦੇ ਟਿੱਬਾ, ਇਹ ਟਿੱਬੇ ਦੇ ਉੱਤੇ ਚੜ੍ਹਾਉਂਦੇ ਆ ਜੀ, ਅਤੇ ਥੋੜ੍ਹਾ ਜਿਹਾ ਐਡਵੈਂਚਰ ਵਾਸਤੇ ਇਹਨਾਂ ਨੇ ਨਾਲ ਅਗਲਾ ਨਾਸ਼ਤਾ ਪਾਣੀ ਕਰ ਲੈਂਦਾ, ਅਤੇ ਐਡਵੈਂਚਰ ਵਾਸਤੇ ਇਹਨਾਂ ਨੇ ਜਿਵੇਂ ਆਹ ਸਾਹਮਣੇ ਚੜ੍ਹਾਈ ਚੜ੍ਹਦੇ ਆ, ਅਤੇ ਥੋੜ੍ਹਾ ਜਿਹਾ ਬਤਾਰੂ ਵੀ ਰੱਖਿਆ ਹੋਇਆ, ਛੋਟਾ ਜਿਹਾ ਬੱਚਾ ਉੱਠਦਾ, ਇਹਨੂੰ ਖੜ੍ਹਾ ਕਰਦੇ ਹਾਂ ਆਪਾਂ, ਲਾ ਵੀ ਜਵਾਨਾ ਖੜ੍ਹਾ ਹੋ ਗਿਆ, ਚਲੋ ਉਹ ਖੜ੍ਹਾ, ਛੋਟਾ ਜਿਹਾ ਬੱਚਾ ਹੈ, ਖੜ੍ਹਾ ਕਰਦੇ ਹਾਂ ਆਪਾਂ ਵੀਡੀਓ ਵਾਸਤੇ ਸਪੈਸ਼ਲ। ਬੱਚਾ ਹੈਗਾ ਸੀ ਹਜੇ ਥੋੜ੍ਹਾ ਉਂਦਾ ਵੱਡਾ ਹੋ ਗਿਆ ਜੀ, ਹੈਗਾ ਉੱਠ ਇਹ 5.5 ਫੁੱਟ ਹਾਈਟ ਹੈ ਇਹਦੀ, ਆਪਣੇ ਬਰਾਬਰ ਹੀ ਹੈ। ਅਤੇ ਇਹ ਐਡਵੈਂਚਰ ਵਾਸਤੇ ਇਹਨਾਂ ਨੇ ਜਿਵੇਂ ਰਾਜਸਥਾਨ ਦੇ ਵਿੱਚ ਜਾਂ ਪੰਜਾਬ 'ਚੋਂ ਜਿਹੜੇ ਆਉਂਦੇ ਆ ਉਹਨਾਂ ਵਾਸਤੇ ਇਹ ਨਵੀਂ ਚੀਜ਼ ਹੈ, ਬੰਚਿੰਗ ਵਗੈਰਾ ਜਿਹੜਾ ਲੌਂਕੇ ਜੇ ਮਾਰ ਦਿੰਦੇ ਇਹ, ਆਪਣਾ ਹੁਣ ਜ਼ਿਆਦਾ ਚੱਲ ਰਿਹਾ ਇਹਦਾ ਟ੍ਰੈਂਡ। ਅਤੇ ਆਹ ਚੀਜ਼ ਜਿਵੇਂ ਫਿਲਮਾਂ ਦੇ ਵਿੱਚ ਚੱਲਦੀ ਹੈ ਸਾਊਥ ਵਾਲੀਆਂ ਤਾਂ ਨਹੀਂ ਹੁੰਦਾ, ਜਿਵੇਂ ਕਹਿ ਸਕਦੇ ਵੀ ਦੁਬਈ ਵਾਲੇ ਸ਼ੇਖ ਪੂਰੀਆਂ ਕਰਦੇ ਆ ਉਹਦੀਆਂ ਐਡਵੈਂਚਰ ਦੇ ਸਿਸਟਮ, ਅਤੇ ਇਹ ਥੋੜ੍ਹੀ ਜਿਹੀ ਫੀਲਿੰਗ ਤੁਸੀਂ ਲੈ ਸਕਦੇ ਹੋ। ਇਹਨਾਂ ਦਾ ਕਿਰਾਇਆ 100-200 ਰੁਪਇਆ ਹੁੰਦਾ ਜੀ, ਇਹ ਛੋਟੇ ਛੋਟੇ ਜਗ੍ਹਾ ਹੁੰਦੀਆਂ ਵੀ ਇੰਜੋਏ ਕਰਨਾ ਹੁੰਦਾ, ਤੁਸੀਂ ਆਉਂਦੇ ਹੋ ਅਤੇ ਇਹ ਚੀਜ਼ਾਂ ਇੰਜੋਏ ਹੋ ਜਾਂਦੀਆਂ ਜੀ। ਰਸਤੇ ਦੇ ਵਿੱਚ ਆ ਰਹੀਆਂ ਚੀਜ਼ਾਂ ਹੈਗੀਆਂ ਵੀ ਦਿਖਾਉਣੀਆਂ ਜ਼ਰੂਰੀ ਹਨ, ਅਤੇ ਜਿਵੇਂ ਸਭ ਤੋਂ ਵੱਡੀ ਗੱਲ ਹੈ ਜੀ, ਪੰਜਾਬ ਦੇ ਵਿੱਚ ਉੱਠ ਤਕਰੀਬਨ ਬਿਲਕੁਲ ਖਤਮ ਹੋ ਚੁੱਕੇ, ਜੇ ਕਿਤੇ ਹੈਗੇ ਤਾਂ ਨਾ ਮਾਤਰ ਹੈ, ਅਤੇ ਆ ਬੱਚੇ ਵਗੈਰਾ ਤਾਂ ਕਿਤੇ ਦੇਖਣ ਨੂੰ ਮਿਲਦੇ ਨਹੀਂ ਜੀ। ਮੈਨੂੰ ਵੀ ਕਈ ਸਾਲ ਹੋ ਗਏ ਦੇਖੇ ਨੂੰ ਇੰਨਾ ਛੋਟਾ ਬੱਚਾ ਉੱਠਦਾ। ਅਸਲ ਦੇ ਵਿੱਚ ਇਹਨੂੰ ਕਹਿੰਦਾ ਜੀ ਬਤਾਰੂ ਕਿਹਾ ਜਾਂਦਾ ਹੁੰਦਾ ਜੀ, ਬੋਤਾ ਥੋੜ੍ਹਾ ਜਿਹਾ ਵੱਡਾ ਹੋਇਆ ਇਹਨਾਂ ਨੂੰ ਉਸਨੂੰ ਬੋਤਾ ਕਿਹਾ ਜਾਂਦਾ ਜੀ, ਇਹ ਹੁੰਦਾ ਜੀ ਬਤਾਰੂ ਛੋਟਾ ਜਿਹਾ ਬੱਚਾ। ਅਤੇ ਇਹਨਾਂ ਦਾ ਐਡਵੈਂਚਰ ਵਾਸਤੇ ਜਿਵੇਂ ਚੀਜ਼ਾਂ ਬਹੁਤ ਵਧੀਆ ਲੱਗਿਆ ਚੀਜ਼ਾਂ, ਚਾਹ ਪਾਣੀ ਪੀਤਾ ਇੱਥੇ, ਇੰਜੋਏ ਕੀਤਾ ਜੀ। ਹੁਣ ਆਪਾਂ ਅੱਗੇ ਵੱਲ ਚਾਲਾ ਪਾਉਂਦੇ ਹਾਂ, ਇੱਥੇ ਰੁਕੇ ਹੋਏ ਸੀਗੇ ਸੈਲਫੀ ਡਿਜ਼ਰਟ ਹੋਟਲ ਰੈਸਟੋਰੈਂਟ, ਖਾਣ ਪੀਣ ਦੇ ਨਾਲ ਤੁਸੀਂ ਇੱਥੇ ਥੋੜ੍ਹਾ ਜਿਹਾ ਇੰਜੋਏ ਕਰ ਸਕਦੇ ਹੋ। ਹਾਂਜੀ, ਇਸ ਸਮੇਂ ਰਾਜਸਥਾਨ ਦੇ ਵਿੱਚ ਸੀਗੇ, ਤਾਂ ਆਪਾਂ ਚੱਲਦੇ ਚੱਲਦੇ ਨਾ ਖਾਟੂ ਸ਼ਾਮ ਜੀ ਦਾ ਸਥਾਨ ਹੈ ਇੱਥੇ, ਅਤੇ ਖਾਟੂ ਸ਼ਾਮ ਦਾ ਸਥਾਨ ਜਿਹੜਾ ਇੱਥੇ ਰਾਜਸਥਾਨ ਦੇ ਵਿੱਚ, ਇਸ ਦੇ ਲੋਕ ਪੈਦਲ ਯਾਤਰਾ ਕਰਦੇ ਝੰਡਾ ਲੈ ਕੇ, ਅਤੇ ਤਕਰੀਬਨ ਰਸਤੇ ਦੇ ਵਿੱਚ ਜੀ ਅਤੇ ਬੱਚੇ ਬੁੱਢੇ ਜਵਾਨ ਔਰਤਾਂ ਜਨਾਨੀਆਂ ਸਭ ਇਹਦੇ ਵਿੱਚ ਕਰਦੇ ਜੀ, ਅਤੇ ਇਹ ਤੁਸੀਂ ਦੇਖੋ ਨਾਲ ਝੰਡਾ ਅਤੇ ਨਾਲ ਸਾਰਾ ਕੁਛ ਲੈ ਕੇ ਚੱਲਦੇ ਜੀ ਇਹ, ਅਤੇ ਸਰਬ ਆਪਣੇ ਆਪਣੇ ਧਰਮਾਂ ਦੇ ਨਾਲ ਜੁੜੇ ਹੋਏ, ਜਿੱਦਾਂ ਜਿੱਦਾਂ ਮਨ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਉਹ ਕਰਦੇ ਰਹਿੰਦੇ, ਅਤੇ ਰਸਤੇ ਦੇ ਵਿੱਚ ਬਹੁਤ ਸੰਗਤ ਇੱਦਾਂ ਦੀ ਮਿਲਦੀ ਹੈ ਜੀ।
ਜਿਹੜੀ ਸਾਲਾਸਰ ਨੂੰ ਜਾਂਦੀ ਹੈ ਔਰ ਖਾਟੂ ਸ਼ਾਹ ਨੂੰ, ਦੋਨੋ ਸਥਾਨ ਇਸ ਰੋਡ ਦੇ ਉੱਤੇ ਹੈ ਜੀ। ਅਤੇ ਲੋਕ ਸਾਲਾਸਰ ਵੀ ਪੈਦਲ ਜਾਂਦੇ ਔਰ ਖਾਟੂ ਸ਼ਾਮ ਵੀ ਪੈਦਲ ਜਾਂਦੇ ਮਿਲਦੇ ਰਹਿੰਦੇ ਹਨ ਜੀ। ਇਸ ਸਮੇਂ ਜੀ ਹੈਗੇ ਆਪਾਂ ਫਤਿਹਪੁਰ ਦੇ ਵਿੱਚ, ਜਿਹੜਾ ਇਹ ਸਿੱਧਾ ਬ੍ਰਿਜ 'ਤੇ ਜਾ ਰਿਹਾ ਰੋਡ ਆ, ਇਹ ਸਾਲਾਸਰ ਵਾਲਾ ਰੋਡ ਆ ਜੀ। ਅਤੇ ਇੱਥੇ ਰਸ਼ ਨੰਬਰ ਆਪਾਂ 7 ਨੰਬਰ ਹਾਈਵੇ 'ਤੇ ਚੜ੍ਹ ਗਏ ਜੀ। ਇਹ 7 ਨੰਬਰ ਹਾਈਵੇ ਜਿਹੜਾ NH7 ਦੇ ਨਾਮ ਨਾਲ ਜਾਣਿਆ ਜਾਂਦਾ, ਇਹ ਜਿਹੜਾ ਸਿੱਕਰ ਲਛਮਣਗੜ੍ਹ ਵਾਲਾ ਰੋਡ ਆ ਜੀ, ਇਸ 'ਤੇ ਚੱਲੇ ਆਪਾਂ ਸਿੱਕਰ ਅਤੇ ਲਛਮਣਗੜ੍ਹ ਰੋਡ, ਇਹਦੇ ਆਪਾਂ ਚੱਲਣਾ ਕਿ ਲਛਮਣਗੜ੍ਹ ਆਊਗਾ ਅਤੇ ਫਿਰ ਆਊਗਾ ਸਿੱਕਰ, ਅਤੇ ਕਸਬਾ ਜਿਹਾ ਟਾਈਪ ਹੈ ਜੀ। ਇੱਥੋਂ ਥੋੜ੍ਹੀ ਡਿਵੈਲਪਿੰਗ ਹੋ ਰਹੀ ਹੈ ਜੀ ਵਧੀਆ। ਚੱਲਦੇ ਹਾਂ ਅੱਗੇ। 11 ਵੱਜ ਚੁੱਕੇ ਜੀ ਅਤੇ ਗਰਮੀ ਥੋੜ੍ਹੀ ਵੱਧ ਗਈ ਸੀਗੀ ਜੀ, ਅਤੇ ਫਿਰ ਇਸ ਤੋਂ ਬਾਅਦ ਹੁਣ ਜਿਹੜੀ ਪਹਿਲਾਂ ਆਪਣੇ ਨਾ ਪਾਈ ਸੀਗੀ ਅਤੇ ਥੜਤੀ ਠੰਡ ਸੀਗੀ, ਕੋਈ ਸਰੀਰ ਠੀਕ ਨਹੀਂ ਸੀਗਾ ਜੀ ਆਪਣਾ, ਅਤੇ ਹੁਣ ਥੋੜ੍ਹਾ ਜਿਹਾ ਬਦਲ ਲਿਆ ਜੀ, ਉਹ ਲਾਹ ਕੋਈ ਪਾਣੀਆਂ ਬਾਹਾਂ 'ਤੇ। ਅਤੇ ਇਸ ਸਮੇਂ ਫਤਿਹਪੁਰ ਤੋਂ ਥੋੜ੍ਹਾ ਜਿਹਾ ਅੱਗੇ ਨਿਕਲਿਆ ਜੀ, ਅਤੇ 40 ਕਿਲੋਮੀਟਰ ਠੀਕ ਆਪਣਾ ਸਫ਼ਰ ਹੋ ਚੁੱਕਿਆ ਜੀ। ਰੋਡ ਰੂਡ ਬਹੁਤ ਜ਼ਿਆਦਾ ਵਿਅਸਤ ਹੈ ਜੀ, ਅਤੇ ਤੁਸੀਂ ਮਾਹੌਲ ਦੇਖ ਸਕਦੇ ਹੋ, ਇਹ ਰਾਜਸਥਾਨ ਦਾ ਬਹੁਤ ਬਦਲਵਾਂ ਇਲਾਕਾ ਜੀ ਇਹ। ਅਤੇ ਇਸ ਸਮੇਂ ਜਿਵੇਂ ਆਪਾਂ ਵਣ ਬੀੜ ਜਾਂ ਜੰਗਲ ਟਾਈਪ ਦਾ ਬਣਾਇਆ ਹੋਇਆ ਜੀ ਇਹ, ਕੁਛ ਤਾਂ ਕੁਦਰਤੀ ਤੌਰ 'ਤੇ ਉੱਗਰੇ ਹੋਏ ਦਰੱਖਤ, ਕੁਛ ਸਰਕਾਰ ਨੇ ਵੀ ਲਵਾਏ ਹੋਏ ਆ ਜੀ, ਅਤੇ ਸਾਰਾ ਇਹ ਭਰਿਆ ਵਣਾਂ ਦਾ, ਪੁਰਾਣੇ ਕਰੀਰ ਵਗੈਰਾ ਸਾਰਾ ਕੁਛ ਇੱਥੇ ਜੰਡ ਜੁੰਡ ਲੱਗੇ ਹੋਏ ਆ ਜੀ। ਅਤੇ ਇਹਨਾਂ ਜਗ੍ਹਾ 'ਚ ਜਿਹੜੀਆਂ ਫਿਲਮਾਂ ਹੁੰਦੀਆਂ ਸ਼ੂਟਿੰਗਾਂ ਹੁੰਦੀਆਂ, ਡਾਕੂਆਂ ਡੂਕੂਆਂ ਵਾਲੇ ਸੀਨ ਪਲੇ ਕਰਨੇ ਹੁੰਦੇ ਆ, ਤਾਂ ਇਹਨਾਂ ਇਲਾਕਿਆਂ 'ਚ ਹੀ ਕੀਤੇ ਜਾਂਦੇ ਆ ਜੀ ਜ਼ਿਆਦਾਤਰ। ਡਾਕੂਆਂ ਨੂੰ ਫਿਰ ਇਹ ਜੰਗਲਾਂ ਦੇ ਵਿੱਚ ਲੁਕਿਆ ਦਿਖਾਇਆ ਜਾਣਾ, ਰਾਜਸਥਾਨ ਨੂੰ ਜੁੜਿਆ ਜਾਂਦਾ ਜੀ। ਅਤੇ ਲਕਸ਼ਮਣ ਨੂੰ ਗੜ੍ਹ ਨੂੰ ਚੱਲਿਆ ਜੀ ਆਪਾਂ, ਅਤੇ ਯਾਤਰੀ ਆ ਰਹੇ ਇੱਧਰ ਪਿੱਛੇ ਤੋਂ ਖਾਟੂ ਸ਼ਾਮ ਨੂੰ ਜਾ ਰਹੇ, ਚੱਲਦੇ ਹਾਂ ਜੀ ਆਪਾਂ ਅੱਗੇ। ਰਾਜਸਥਾਨ ਦੇ ਵਿੱਚ ਆਪਾਂ ਖੜ੍ਹੇ ਸੀ ਜੀ, ਅਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਪੁਰਾਤਨ ਸਮੇਂ ਦੀ ਬਣੀ ਹੋਈ ਜੀ, ਰਾਜੇ ਮਹਾਰਾਜੇ ਵੇਲੇ ਦੀ। ਇਹ ਕੀ ਚੀਜ਼ਾਂ ਹੁੰਦੀਆਂ ਹਨ ਜੀ, ਇਹਨੂੰ ਪੁਰਾਣੀ ਸ਼ਾਹੀ ਬਾਵੜੀ ਕਿਹਾ ਜਾਂਦਾ ਜੀ। ਸ਼ਾਹੀ ਬਾਵੜੀ ਤੋਂ ਭਾਵ ਜਿਹੜਾ ਆਸੇ ਪਾਸੇ ਤੋਂ ਜਿਹੜਾ ਪਾਣੀ ਇਕੱਠਾ ਹੋ ਕੇ ਇਸ ਜਗ੍ਹਾ ਦੇ ਉੱਪਰ ਇਕੱਠਾ ਹੋ ਜਾਂਦਾ ਸੀਗਾ, ਅਤੇ ਇਹ ਜਿਹੜੀ ਬਾਵੜੀ ਸੀਗੀ ਰਾਜੇ ਮਹਾਰਾਜਿਆਂ ਲਈ ਬਣਾਈ ਜਾਂਦੀ ਸੀ, ਕਿਉਂਕਿ ਰਾਜੇ ਮਹਾਰਾਜਿਆਂ ਦੇ ਨਾਲ ਵੱਡੇ ਲਸ਼ਕਰ ਚੱਲਿਆ ਕਰਦੇ ਸਨ, ਅਤੇ ਉਹਨਾਂ ਦੇ ਜਿਹੜੇ ਉੱਠ ਘੋੜੇ ਅਤੇ ਜਾਨਵਰ ਨਾਲ ਜਿਹੜੇ ਚੱਲਦੇ ਰਾਜਸਥਾਨ ਦੇ ਜਿਹੜੇ ਜਾਨਵਰ, ਉਹਨੂੰ ਪੀਣ ਦੇ ਲਈ ਨਾ ਇਹ ਚੀਜ਼ਾਂ ਪਾਣੀ ਦੇ ਲਈ ਮੁਹੱਈਆ ਕਰਵਾਉਣ ਦੇ ਲਈ ਇਹ ਚੀਜ਼ ਦੀ ਜ਼ਰੂਰਤ ਪੈਂਦੀ ਸੀਗੀ ਜੀ। ਅਤੇ ਉੱਧਰਲਾ ਗੇਟ ਖੋਲ੍ਹਾ, ਤੁਹਾਨੂੰ ਉੱਧਰ ਵੀ ਦਿਖਾਵਾਂਗੇ ਚੱਲ ਕੇ ਜੀ। ਪਾਣੀ ਦੇ ਜਿਹੜੇ ਪੀਣ ਦੇ ਸਰੋਤ ਰਾਜਸਥਾਨ ਦੇ ਵਿੱਚ ਇਹੀ ਸੀ, ਕਿਉਂਕਿ ਰਾਜਸਥਾਨ ਦੇ ਵਿੱਚ ਜਦੋਂ ਰਾਜੇ ਮਹਾਰਾਜੇ ਰਹਿਆ ਕਰਦੇ ਸਨ ਤਾਂ ਉਦੋਂ ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਸੀ, ਕਿਉਂਕਿ ਗੁਰੂ ਸਾਹਿਬ ਜਿਵੇਂ ਗੁਰੂਆਂ ਦੇ ਨਾਲ ਜੱਥੇ ਚੱਲਦੇ, ਰਾਜਿਆਂ ਦੇ ਨਾਲ ਨਾ ਬਹੁਤ ਵੱਡੇ ਵੱਡੇ ਜੱਥੇ ਚੱਲਦੇ ਸਨ, ਅਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੈਨਾ ਚੱਲਦੀ ਹੁੰਦੀ ਸੀਗੀ ਜੀ। ਅਤੇ ਉਹ ਇਸੇ ਤਰੀਕੇ ਦੇ ਨਾਲ ਪਾਣੀ ਇਕੱਠਾ ਹੋ ਜਾਂਦਾ ਸੀਗਾ ਜੀ। ਅਤੇ ਇਹ ਬਾਵੜੀਆਂ ਉਹੀ ਰਾਜੇ ਮਹਾਰਾਜਿਆਂ ਦੇ ਲਈ ਬਣੀਆਂ ਹੁੰਦੀਆਂ ਸੀਗੀਆਂ ਜੀ। ਜਲ ਪਾਣੀ ਛਕਣ ਤੋਂ ਬਾਅਦ ਜਿਹੜਾ ਰਾਜਾ ਇੱਥੋਂ ਦੀ ਐਂਟਰ ਕਰਨ ਦਾ ਜੀ ਕੁਛ ਵਿਸ਼ਰਾਮ ਦੀ ਜਗ੍ਹਾ ਬਣੀ, ਜਿਵੇਂ ਆਹ ਚੀਜ਼ਾਂ ਪੌੜੀਆਂ ਵਗੈਰਾ ਬਣੀਆਂ ਜੀ, ਆਹ ਪੌੜੀਆਂ ਚੜ੍ਹ ਜਾਣਾ, ਇੱਥੋਂ ਦੀ ਚਲਿਆ ਜਾਣਾ, ਤੁਰੇ ਜਾਣਾ
ਤੇ ਉਹ ਕੋਰਨਰ ਦੇ ਵਿੱਚ ਬਹਿ ਕੇ ਜਿਹੜਾ ਆਨੰਦ ਮਾਣਨਾ ਇਸ ਚੀਜ਼ ਦਾ, ਤੇ ਇਹ ਚਾਰੇ ਪਾਸੇ ਜਿਹੜੇ ਸੈਨਾਪਤੀ ਵਗੈਰਾ ਖੜ ਕੇ ਉਹਦੀ ਨਜ਼ਰ ਵਗੈਰਾ ਹੁੰਦੀ ਸੀਗੀ, ਤੇ ਚਾਰੇ ਪਾਸੇ ਖੜ ਕੇ ਜਿਹੜੀ ਰਾਜੇ ਦੀ ਰੱਖਿਆ ਲਈ ਵੀ ਇਹ ਜੀ ਜ਼ਰੂਰੀ ਹੁੰਦੀ ਸੀਗੀ ਜੀ। ਇਹ ਹੈ ਜੀ ਪੁਰਾਣੀਆਂ ਬਾਵੜੀਆਂ ਰਾਜਸਥਾਨ ਦੀਆਂ, ਤੇ ਤਕਰੀਬਨ ਹੁਣ ਅਲੋਪ ਹੋ ਚੁੱਕਿਆ ਵਾਲਾ ਸਿਸਟਮ ਹੈ ਜੀ। ਵੈਸੇ ਸੰਭਾਲਿਆ ਪਿਆ, ਕੁਛ ਬਣੀ ਹੋਈ ਇੰਨੀ ਮਜ਼ਬੂਤ ਹੈ ਤਾਂ ਕਰਕੇ ਬਚੀ ਹੋਈ ਹੈ ਜੀ, ਅਤੇ ਕੁਛ ਮਾਹੌਲ ਇੱਦਾਂ ਹੀ ਹੈ ਜੀ। ਪੱਥਰ ਪੁੱਥਰ ਜਿਹੜੇ ਪੁਰਾਤਨ ਲੱਗੇ ਹੋਏ ਆ, ਚੂਨੇ ਚਾਨੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਇਹ ਹੈ ਜੀ। ਗੱਲਬਾਤ ਰਾਜਸਥਾਨ ਦੀ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਜੀ, ਅਤੇ ਤੁਹਾਨੂੰ ਲਗਾਤਾਰ ਇੱਦਾਂ ਦੀਆਂ ਚੀਜ਼ਾਂ ਦਿਖਾਉਂਦੇ ਵਿੱਚ ਹੁਣ ਤਕਰੀਬਨ ਕਈ ਦਿਨ ਰਹਿਣਾ ਆਪਾਂ, ਤਾਂ ਉਦੋਂ ਇੱਥੇ ਗੱਲਾਂ ਬਾਤਾਂ ਜੋ ਵੀ ਹੋਣਗੀਆਂ ਤੁਹਾਨੂੰ ਦਿਖਾਵਾਂਗੇ ਜੀ। ਇਹ ਉੱਧਰ ਜਿਹੜਾ ਰਸਤਾ ਸੀਗਾ ਪਰਲੇ ਪਾਸੇ ਤੁਹਾਨੂੰ ਦਿਖਾਇਆ ਸੀਗਾ ਪਹਿਲਾਂ ਵੀਡੀਓ 'ਚ, ਉਹ ਜਿਹੜਾ ਪਸ਼ੂਆਂ ਦੇ ਪੀਣ ਲਈ ਸੀਗਾ, ਇਹ ਰਾਜੇ ਦੇ ਪੀਣ ਲਈ ਪਾਣੀ ਇਕੱਠਾ ਕੀਤਾ ਜਾਂਦਾ ਸੀਗਾ ਜੀ। ਚੱਲਦੇ ਹਾਂ ਹੁਣ ਅੱਗੇ ਨੂੰ ਜੀ। ਪਾਣੀ ਦੀ ਬੋਤਲ ਦੇਖਦੇ ਹੋ ਜੀ, ਇਹ ਵੀ ਕਹਾਣੀ ਹੈ ਇੱਕ। ਪਿੱਛੇ ਆਪਾਂ ਪਾਣੀ ਵਾਸਤੇ ਆਪਣੇ ਕੋਲ ਦੋ ਬੋਤਲਾਂ ਜੀ, ਇੱਕ ਇਹ ਇੱਕ ਆਹ ਟੰਗੀ ਪਈ, ਦੋ ਇਹ ਆਪਣਾ ਪਾਣੀ ਦੀਆਂ ਬੋਤਲਾਂ ਦੋਵੇਂ ਖਤਮ ਹੋ ਗਈਆਂ ਸੀਗੀਆਂ ਜੀ। ਅਤੇ ਪੈਟਰੋਲ ਪੰਪ ਕੋਈ ਆਇਆ ਨਹੀਂ, ਅਤੇ ਵੀ ਜਾਣ ਕੱਢੀ ਜਾਂਦੀ ਸੀਗੀ ਕੋਈ, ਅਤੇ ਮੈਂ ਚਲੋ ਮਹਾਂ ਬਾਬਾ ਪੰਪ ਆ ਜਾਵੇ ਛੇਤੀ ਕੋਈ, ਅਤੇ ਪੰਪ ਤਾਂ ਨਹੀਂ ਆਇਆ। ਰੱਬ ਦਾ ਬੰਦਾ ਆਇਆ ਅਤੇ ਉਸ ਬੰਦੇ ਨੇ ਪਾਣੀ ਦੀ ਬੋਤਲ ਕੱਢ ਕੇ ਕਹਿੰਦਾ ਲਓ ਬਾਬਾ ਜੀ ਪਾਣੀ। ਅਤੇ ਜਿਵੇਂ ਮੈਨੂੰ ਵੀ ਜਿਵੇਂ ਜ਼ਰੂਰਤ ਸੀ, ਇੱਕੇ ਦਮ ਹੱਥ ਕੀਤਾ ਇਸ ਤਰ੍ਹਾਂ, ਅਤੇ ਉਹਨੇ ਹੱਥ ਫੜਾਇਆ ਅਤੇ ਧੰਨਵਾਦ ਮੈਂ ਕੀਤਾ, ਅਤੇ ਉਹਨੇ ਵੀ ਮੰਨੀ ਧੰਨਵਾਦ ਦੀ ਮਹਾਈ। ਪਿਆਸ ਬਹੁਤ ਲੱਗੀ ਸੀਗੀ ਸਫ਼ਰਾਂ ਦੇ ਦੌਰਾਨ, ਇਹ ਚੀਜ਼ਾਂ ਤੁਹਾਡੇ ਨਾਲ ਬਹੁਤ ਹੁੰਦੀਆਂ ਇੱਦਾਂ ਦੀਆਂ ਘਟਨਾਵਾਂ, ਅਤੇ ਤੁਸੀਂ ਪਿਆਸੇ ਪੁਸੇ ਹੁੰਦੇ ਹੋ ਤਾਂ ਕੁਦਰਤੀ ਤੁਹਾਨੂੰ ਐਟੋਮੈਟਿਕ ਇਹ ਚੀਜ਼ਾਂ ਮਿਲਦੀਆਂ ਰਹਿੰਦੀਆਂ ਜੀ। ਇਹ ਸੀ ਜੀ ਪਾਣੀ ਦੀ ਬੋਤਲ ਦੀ ਕਹਾਣੀ। 7-8 ਕਿਲੋਮੀਟਰ ਰਹਿ ਗਿਆ, 10 ਕਿਲੋਮੀਟਰ ਬਚ ਚੁੱਕੇ ਜੀ 3, ਅਤੇ 1:30 ਵਜੇ ਆਪਾਂ ਆਰਾਮ ਕਰਨ ਲੱਗੇ ਸੀਗੇ ਜੀ। ਇੱਥੇ ਆ ਬਜਰੀ 'ਤੇ ਪੈ ਗਏ ਸੀਗੇ ਆਪਾਂ, ਬਜਰੀ 'ਤੇ ਪੈ ਕੇ ਆਨੰਦ ਬਹੁਤ ਆਇਆ, ਅਤੇ ਬਾਈ ਦਾ ਮਾਰਬਲ ਸਟੋਰ ਸੀਗਾ, ਬਾਈ ਨੂੰ ਪੁੱਛਿਆ ਵੀ ਇੱਦਾਂ ਆਰਾਮ ਕਰਨਾ, ਅਤੇ ਆਰਾਮ ਕਰਨ ਲਈ ਰੁਕੇ ਸੀ 1.5 ਘੰਟਾ ਇੱਥੇ ਬਵਾਜ ਨਾਲ ਪੈ ਗਏ, ਅਤੇ ਹੁਣ ਅੱਗੇ ਨੂੰ ਚਾਲਾ ਪਾਉਂਦੇ ਹਾਂ ਸੀਕਰ ਵੱਲ। ਚੱਲਦੇ ਹਾਂ ਜੀ ਹੁਣ ਅੱਗੇ। ਡਾਕ ਕਾਬੜ ਤਾਂ ਤੁਸੀਂ ਬਹੁਤ ਦੇਖੀ ਹੋਣੀ ਹੈ ਜੀ, ਇਹ ਹੈਗਾ ਜੀ ਡਾਕ ਝੰਡਾ। ਝੰਡਾ ਇਹ ਜੀ ਰਾਜਸਥਾਨ ਦੇ ਵਿੱਚ ਖਾਟੂ ਸ਼ਾਮ ਜੋ ਦੇਵਤਾ ਹੈਗਾ ਜੀ, ਉਸ ਦੇ ਸਥਾਨ ਦੇ ਉੱਪਰ ਚੜ੍ਹਾਇਆ ਜਾਂਦਾ ਜੀ। ਅਤੇ ਇਹਨਾਂ ਦੇ ਪਿੰਡ ਤੋਂ 300 ਕਿਲੋਮੀਟਰ ਹੈ ਜੀ ਜਿਹੜਾ ਖਾਟੂ ਸ਼ਾਮ, ਅਤੇ ਖਾਟੂ ਸ਼ਾਮ ਲਈ ਇਹ ਜਿਹੜਾ ਸਪੀਡ ਦੇ ਵਿੱਚ ਭੱਜ ਕੇ ਜਾਣਗੇ, ਉਸੇ ਤਰੀਕੇ ਦੇ ਨਾਲ ਫਿਰ ਵੀ ਜਿਹੜਾ ਵੀ ਰੋਕਣ ਨਹੀਂ ਦੇਣਾ ਝੰਡੇ ਨੂੰ, ਲਗਾਤਾਰ ਇਸ ਨੂੰ ਪਹੁੰਚਾਉਣਾ ਹੈ ਜਿਵੇਂ ਡਾਕ ਝੰਡਾ ਕਿਹਾ ਜਾਂਦਾ ਇਹਨੂੰ। ਅਤੇ ਬੰਦੇ 6 ਹੈ ਜੀ ਇਹ, 3 ਆਟੋ 'ਤੇ ਚੜ੍ਹੇ ਆਉਂਦੇ ਆ ਛੋਟੇ ਹਾਥੀ 'ਤੇ, 3 ਲਗਾਤਾਰ ਚੱਲਦੇ ਆਉਂਦੇ ਇਹ 300 ਕਿਲੋਮੀਟਰ ਲਗਾਤਾਰ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਭੱਜ ਭੱਜ ਕੇ ਪਹੁੰਚਾਉਣਾ ਹੈ। ਇਹ ਇਹਨਾਂ ਦੀ ਸ਼ਰਧਾ ਭਾਵਨਾ ਜੀ, ਹਰ ਧਰਮ ਦੇ ਵਿੱਚ ਆਪਣੀ ਆਪਣੀ ਮੰਨਤਾ ਆਪਣੀ ਆਪਣੀ ਮਨੌਤ, ਇਸੇ ਤਰੀਕੇ ਦੇ ਨਾਲ ਲੋਕ ਆਪਣੀ ਮੰਨਤਾਵਾਂ ਕਰਦੇ ਹਨ ਜੀ। ਸਿੱਕਰ ਰਹਿ ਗਿਆ ਜੀ।
17 ਕਿਲੋਮੀਟਰ। ਸੀਕਰ ਜਿਹੜਾ ਹੈਗਾ ਜੀ ਪਿਆਜ਼ ਵਾਸਤੇ ਮਸ਼ਹੂਰ ਹੈ ਜੀ, ਅਤੇ ਇੱਥੇ ਦੀ ਮੰਡੀ ਥੋੜ੍ਹੀ 17 ਕਿਲੋਮੀਟਰ ਪਿੱਛੇ ਤੁਸੀਂ ਦੇਖ ਸਕਦੇ ਹੋ, ਦੇਖਦੇ ਸਪੈਸ਼ਲ ਜਿਹੜੀ ਬਣੀ ਹੋਈ ਹੈ ਜਗ੍ਹਾ ਸੀਕਰ, ਇੱਥੇ ਗੰਢਿਆਂ ਦੀ ਮੰਡੀ ਲੱਗਦੀ ਹੈ, ਖੇਤਾਂ ਦੇ ਵਿੱਚੋਂ ਟਰੱਕ ਭਰ ਭਰ ਟਰਾਲੀਆਂ ਭਰ ਭਰ ਕੇ ਜਿਹੜਾ ਆਉਂਦੇ ਇੱਥੇ ਵਿਕਣ ਵਾਸਤੇ, ਅਤੇ ਵਪਾਰੀ ਵਗੈਰਾ ਗੱਡੀਆਂ ਗੁੱਡੀਆਂ ਲੈ ਕੇ ਇੱਥੇ ਆਈ ਜਾਂਦੇ ਜੀ। ਅਤੇ ਗੰਢੇ ਦਾ ਬਾਜ਼ਾਰ ਜਿਹਨੂੰ ਆਪਾਂ ਪਿਆਜ਼ ਕਹਿੰਦੇ ਹਾਂ, ਪਿਆਜ਼ ਦਾ ਵਿਸ਼ਿਸ਼ਟ ਜਿਨਸ ਪਿਆਜ਼ ਮੰਡੀ ਰਸੀਦਪੁਰਾ, ਰਸੀਦਪੁਰੇ ਦੇ ਨਾਮ 'ਤੇ ਜੀ। ਸੀਕਰ ਦਾ ਜਿਹੜਾ ਪਿਆਜ਼ ਆ ਸਭ ਤੋਂ ਵੱਧ ਇਸ ਜਗ੍ਹਾ ਦੇ ਉੱਤੇ ਮਿਲਦਾ ਜੀ, ਇਹ ਸੀਕਰ ਤੋਂ ਜਦੋਂ ਆਪਾਂ 17 ਕਿਲੋਮੀਟਰ ਪਿੱਛੇ ਜੀ ਇਹ, ਅਤੇ ਇੱਥੇ ਇਹ ਪਿਆਜ਼ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਆ ਸਕਦਾ ਜੀ, ਸਾਡਾ ਫਰਜ਼ ਸੀ ਦੱਸਣਾ, ਸਾਹਮਣੇ ਇਹ ਚੀਜ਼ ਤਾਂ ਦਿਖਾਤੀ ਜੀ। ਸੀਕਰ ਲੰਘ ਗਏ ਜੀ ਆਪਾਂ ਇਸ ਸਮੇਂ, ਅਤੇ ਸੀਕਰ ਤੋਂ ਆਪਾਂ ਜਿਹੜਾ ਜਾਣਾ ਨਰੈਣਾ ਉਹ ਹੈਗਾ ਇੱਥੋਂ 131 ਕਿਲੋਮੀਟਰ, ਅਤੇ ਸੋਚਿਆ ਵੀ ਕੱਲ੍ਹ ਦੀ ਵਾਟ ਆਪਾਂ ਘਟਾ ਲਈਏ, ਆਪਾਂ ਇਦੋਂ ਪਹਿਲਾਂ 103 ਕੁ ਕਿਲੋਮੀਟਰ ਕਰ ਚੁੱਕੇ ਹਾਂ ਜੀ, ਅਤੇ ਕੱਲ੍ਹ ਨੂੰ ਵਾਟ ਘੱਟ ਰਹਿ ਗਈ ਥੋੜ੍ਹੀ, ਆਪਾਂ ਪਹੁੰਚ ਜਾਂਗੇ ਟਾਈਮ ਨਾਲ, ਸੋਚਿਆ ਵੀ ਦਿਨ ਬਹੁਤ ਖੜਾ ਹੈ, ਕੋਈ 10-15 ਕਿਲੋਮੀਟਰ ਹੋਰ ਕੱਢ ਲਈ, 10-15 ਕਿਲੋਮੀਟਰ ਸੌਖਾ ਹੋ ਜੂ ਕੱਲ੍ਹ ਨੂੰ, ਨਹੀਂ ਕੱਲ੍ਹ ਨੂੰ ਜ਼ੋਰ ਲਾਉਣਾ ਪੈਣਾ ਜੀ। ਅਤੇ ਅੱਗੇ ਨੂੰ ਚੱਲਦੇ ਹਾਂ ਇੱਥੋਂ ਆਪਾਂ ਦਜੋਦ ਵਾਲੇ ਪਾਸੇ, ਸਾਈਡ ਟਲ ਕੇ ਜਾਣਾ ਪੈਣਾ ਆਪਾਂ ਨੂੰ, ਅਤੇ ਚੱਲਦੇ ਹਾਂ ਅੱਗੇ, ਟਾਈਮ ਦਿਨ ਵਧੀਆ ਖੜਾ, ਸੋਚਿਆ ਵੀ 10-15 ਕਿਲੋਮੀਟਰ ਹੋਰ ਜਿੰਨੀ ਨਿਬੜਦੀ ਹੈ ਨਿਬੇੜ ਲਈਏ। ਟਾਈਮ ਹੋ ਗਿਆ ਜੀ 6:30 ਦਾ, ਅਤੇ ਜਾਈ ਜਾਂਦੇ ਆਪਾਂ ਕੁਚਾਮਣ ਵਾਲੀ ਸਾਈਡ ਜਾਈ ਜਾਂਦੇ ਜੀ, ਅਤੇ ਸੂਰਜ ਵੀ ਬਸ 10-15 ਮਿੰਟਾਂ ਦਾ ਜੀ, ਅਤੇ ਰਹਿਣ ਦਾ ਪ੍ਰਬੰਧ ਹਾਲੇ ਤੱਕ ਨਹੀਂ ਹੋਇਆ, ਢਾਬੇ ਢੁੱਬੇ ਦੱਸੇ ਤਾਂ ਹੈਗੇ, ਅੱਗੇ ਦੇਖਦੇ ਹਾਂ ਕਿੱਥੇ ਕੁ ਤੱਕ ਆਉਂਦੇ ਆ, ਅਤੇ ਦੇਖਦੇ ਕਿੱਥੇ ਪਹੁੰਚਦੇ ਹਾਂ। ਕੋਈ ਖੂੜ ਪਿੰਡ ਹੈਗਾ ਉਹ ਰਹਿ ਗਿਆ 10 ਕਿਲੋਮੀਟਰ, ਦੇਖਦੇ ਕਿੱਥੇ ਪਹੁੰਚ ਕੇ ਰੁਕਿਆ ਜਾਂਦਾ ਜੀ। 6:30 ਟਾਈਮ ਹੋ ਗਿਆ ਜੀ, ਬਾਟ ਅੱਜ ਵਾਹਵਾ ਖਿੱਚੀ ਆਪਾਂ, ਊਂ ਤਾਂ ਵੀ ਨਹੀਂ ਜ਼ਿਆਦਾ ਵੀ ਨਹੀਂ ਹੈਗੀ, ਪਰ ਵੀ ਆਪਣੇ ਸਫ਼ਰ ਜਿਹੜਾ ਆਪਾਂ ਸ਼ੁਰੂ ਕਰਿਆ ਕਾਫੀ ਸਮੇਂ ਬਾਅਦ, ਆਪਾਂ ਤਕਰੀਬਨ ਵਧੀਆ ਕਰ ਲਿਆ ਸਫ਼ਰ, ਇਹ ਚੱਲਦੇ ਹਾਂ ਕਿੱਥੇ ਪਹੁੰਚਦੇ, ਮਿਲਦੇ ਹਾਂ ਕਿੱਥਾਂ ਕਿੱਥੇ ਰੁਕਾਂਗੇ। ਸਮਾਂ ਹੋ ਗਿਆ ਜੀ 7:30 ਦਾ, ਅਤੇ ਪਹੁੰਚ ਚੁੱਕੇ 130 ਕਿਲੋਮੀਟਰ 'ਤੇ, ਅਤੇ ਇੱਥੇ ਆਪਾਂ ਨੂੰ ਰਹਿਣ ਦੀ ਜਗ੍ਹਾ ਮਿਲ ਗਈ ਜੀ, ਅਤੇ ਇੱਥੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਾਂਗੇ ਜੀ। ਸ਼ੇਖਾਵਟੀ ਪਵਿੱਤਰ ਭੋਜਨਾਲਿਆ ਬਾਡਲਵਾਸ ਹੈ ਇਹ ਪਿੰਡ ਰਾਜਸਥਾਨ ਦਾ, ਅਤੇ ਇੱਥੇ ਰੁਕਾਂਗੇ ਅੱਜ ਦੀ ਰਾਤ ਆਪਾਂ, ਅਤੇ ਸਵੇਰੇ ਇੱਥੋਂ ਚਾਲਾ ਪਾ ਕੇ ਆਪਾਂ ਜਿਹੜਾ ਚੱਲਣਾ ਹੈ ਨਰੈਣੇ ਵੱਲ, ਨਰੈਣਾ 109 ਕਿਲੋਮੀਟਰ ਰਹਿ ਗਿਆ, ਰਸਤੇ ਦੇ ਵਿੱਚੋਂ ਗੁਜੜੀਆਂ ਚੀਜ਼ਾਂ ਆਉਣੀਆਂ ਉਹ ਵੀ ਦੇਖਾਂਗੇ ਆਪਾਂ, ਇਸ ਸਮੇਂ ਆਪਾਂ ਬਾਡਰ ਲਿਬਾਸ ਦੇ ਵਿੱਚ ਰੁਕੇ ਹੋਏ ਹਾਂ ਜੀ। ਹਾਂਜੀ ਆ ਲਵਾ ਤਾ ਆਪਣਾ ਖੁੰਜੇ 'ਚ ਸਾਈਕਲ, ਅਤੇ ਮੈਂ ਬਾਈ ਨੂੰ ਆ ਕੇ ਬੇਨਤੀ ਕਰੀ ਸੀ, ਮੈਂ ਸਾਈਕਲ ਨਾਲ ਸਾਡਾ ਮੋਹ ਪ੍ਰੇਮ ਜ਼ਿਆਦਾ ਹੈ, ਅਤੇ ਸਾਈਕਲ ਸਾਡਾ ਕੋਲ ਲਵਾ ਦੇ, ਤੁਹਾਨੂੰ ਆਹ ਮੰਜਾ ਦੇ ਤਾ ਜੀ, ਅਤੇ ਕਹਿੰਦੇ ਤੁਸੀਂ ਸੌਂ ਸਕਦੇ ਹੋ, ਅਤੇ ਇਦੋਂ ਬਾਅਦ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਜੀ, ਸਵੇਰੇ ਮਿਲਾਂਗੇ ਸਫ਼ਰਾਂ ਦੇ ਉੱਤੇ, ਅਤੇ ਫਿਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵਗੈਰਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।